ਕਿਉਂਕਿ ਪਿਆਰੇ ਇਹਨਾਂ ਘਰ ਪਾਲੇ ਹੋਏ ਸ਼ੇਰਾਂ ਨੂੰ ਨੰਗੇ ਕਰਨ ਵਾਲੇ ਅਤੇ ਸਰਕਸ ਦੇ ਸ਼ੇਰਾਂ ਨੂੰ ਨੰਗੇ ਕਰਨ ਵਾਲੇ ਭਾਈ ਅਵਤਾਰ ਸਿੰਘ ਜੀ ਅਤੇ ਜਰਨਲ ਲਾਭ ਸਿੰਘ ਜੀ, ਭਾਈ ਸੁਖਦੇਵ ਸਿੰਘ ਜੀ ਸੁੱਖਾ ਸਿਪਾਹੀ, ਜਿਨ੍ਹਾਂ ਨੂੰ ਭਾਈ ਮਨਵੀਰ ਸਿੰਘ ਜੀ ਨੇ ਜੇਲ੍ਹ ਦੇ ਵਿੱਚੋਂ ਕਚਹਿਰੀ ਵਿੱਚ ਭੁਗਤਣ ਆਇਆਂ ਨੂੰ, ਸੱਤ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਛਡਾਇਆ ਸੀ, ਅਤੇ ਉਹ ਸੂਰਬੀਰ ਬਹਾਦਰ ਯੋਧੇ ਨੇ ਇੱਕ ਬਚਨ ਕਹਿਣ ਲੱਗਾ, ਮੈਨੂੰ ਮੇਰਾ ਭਰਾ ਭਾਈ ਮਨਵੀਰ ਸਿੰਘ ਜੇਲ੍ਹ ਵਿੱਚੋਂ ਛਡਾ ਗਿਆ ਸੀ, ਪਰ ਮੈਂ ਉਸ ਨੂੰ ਜੇਲ੍ਹ ਵਿੱਚੋਂ ਛਡਾ ਨਹੀਂ ਸਕਿਆ, ਇਹ ਮੇਰੇ ਸਿਰ ਉੱਤੇ ਕਹਿੰਦਾ ਭਾਰ ਹੈ, ਪਰ ਅਕਾਲ ਪੁਰਖ ਦਾ ਭਾਣਾ ਹੈ, ਜਿਹੜੇ ਸੂਰਬੀਰ ਯੋਧੇ ਨੇ ਉਸਨੇ ਕੰਮ ਕੀਤੇ ਹਨ, ਉਹ ਦੁਨੀਆ ਯਾਦ ਕਰਦੀ ਰਹੇਗੀ ਅਤੇ ਸੂਰਬੀਰ ਬਹਾਦਰ ਯੋਧਿਆਂ ਦੇ ਨਾਮ ਦੇ ਉੱਤੇ ਸਦਾ ਫੁੱਲ ਵਰਸਦੇ ਰਹਿਣਗੇ, ਉਹਨਾਂ ਦੀਆਂ ਵਾਰਾਂ ਉੱਤੇ ਸ਼ਹੀਦੀ ਫੰਡਾਂ ਵਾਸਤੇ ਗੁਰੂ ਕੀਆਂ ਸਿੱਖ ਸੰਗਤਾਂ ਸਦਾ ਹੀ ਵੱਧ ਚੜ੍ਹ ਕੇ ਸੇਵਾ ਕਰਦੀਆਂ ਰਹਿਣਗੀਆਂ। ਉਹ ਸੂਰਬੀਰ ਬਹਾਦਰ ਯੋਧਿਆਂ ਨੇ ਖਾਲਿਸਤਾਨ ਵਾਸਤੇ ਕਿਵੇਂ ਸ਼ਹੀਦੀ ਪ੍ਰਾਪਤ ਕੀਤੀ, ਇਹ ਕਵਿਤਾ ਕਹਿ ਕੇ ਅੱਗੇ ਚੱਲਾਂਗੇ। ਸੁਣੀਏ ਪਿਆਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਲਾਲ ਭਾਈ ਅਵਤਾਰ ਸਿੰਘ ਜੀ ਬ੍ਰਹਮਾ ਅਤੇ ਜਨਰਲ ਲਾਭ ਸਿੰਘ ਜੀ, ਜੋ ਕੌਮ ਵਾਸਤੇ, ਧਰਮ ਵਾਸਤੇ, ਅਕਾਲ ਤਖ਼ਤ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਿਕਾਰ ਵਾਸਤੇ, ਗੁਰੂ ਕੀਆਂ ਸਿੱਖ ਸੰਗਤਾਂ ਦਾ ਅਦਬ ਅਦਾਬ ਕਾਇਮ ਰੱਖਣ ਵਾਸਤੇ ਕਿਵੇਂ ਕੌਮ ਤੋਂ ਆਪਾਂ ਨਿਸ਼ਾਵਰ ਕਰ ਗਏ, ਇਹ ਬੇਨਤੀ ਕੀਤੀ ਜਾ ਰਹੀ ਹੈ। ਕਰ ਗਏ ਜੋ ਕੁਰਬਾਨੀ ਜੋਧੇ ਖਾਲਿਸਤਾਨੀ, ਆਣ ਕੀ ਸੂਰੇ ਕੁਨ ਡੋਲ ਗਏ ਕੌਮ ਵਾਸਤੇ, ਕਹਿਣੀ ਤੇ ਕਰਨੀ ਵਿੱਚ ਪੂਰੇ, ਬਨ ਬਨ ਕੇ ਥਾਂ ਥਾਂ ਤੇ ਆਡੇ।
ਕਿਹਾ ਤੁਮ ਖਾਲਸਤਾਨ ਲਈ ਭਾਈ ਸ਼ਹੀਦੀ ਲਾਭ ਸਿੰਘ ਤੇ ਭਾਈ ਬਰਮਾ ਚਲੂਪੁਰ ਦੇ ਬਲਬੀਰ ਸਿੰਘ ਨੇ ਖਾਲਸਤਾਨ ਦੇ ਦੁਸ਼ਮਣ ਮਾਰੇ ਖੁੱਲਰ ਚੌਧਰੀ ਦਰਸ਼ਨ ਕਲੇਡੀ ਇਹਨਾਂ ਨਾਲ ਦੇ ਹੋਰ ਵੀ ਸਾਰੇ ਸੱਚ ਕਹਿਣ ਤੂੰ ਰਤਨ ਡਰ ਦੇ ਪੱਤੜਾ ਉਹਨਾਂ ਨੇ ਕੋਈ ਨਹੀਂ ਛੱਡਣਾ ਪੱਤੜਾ ਉਹਨਾਂ ਨੇ ਕੋਈ ਨਹੀਂ ਛੱਡਣਾ ਕਰ